ਮੇਰੇ ਨਾਲ ਵੀਰ ਬੌਬੀ ਭੰਧੇਰ ਖੜਾ, ਵੀਰੇ ਇੱਕ ਸਿੰਗਰ ਆ ਅਤੇ ਇੱਕ ਅੱਜ ਮੌਜੂਦਾ ਜਿਹੜੇ ਹਾਲਾਤ ਨੇ ਕੈਨੇਡਾ ਦੇ, ਜਿਹੜਾ ਅਸੀਂ ਸਾਰੇ ਜਿੰਨੇ ਇੱਥੇ ਪੰਜਾਬੀ ਆ ਗਏ ਸਾਰੇ ਉਹਨੂੰ ਉਹ ਚੀਜ਼ 'ਚੋਂ ਨਿਕਲ ਰਹੇ ਹਾਂ, ਉਹਦੇ 'ਤੇ ਵੀਰੇ ਨੇ ਦੋ ਲਾਈਨਾਂ ਲਿਖੀਆਂ, ਸੁਣਿਓ ਜ਼ਰੂਰ ਅਤੇ ਸ਼ੇਅਰ ਜ਼ਰੂਰ ਕਰਿਓ ਵੀਰੇ, ਸੁਣਾ ਦਿਓ। ਨੀਵੀਂ ਜੀ ਪਾ ਕੇ ਫੱਤੇ ਖਿੱਚਦੇ ਰਹਿਣੇ ਆ, ਨੀਵੀਂ ਜੀ ਪਾ ਕੇ ਫੱਤੇ ਖਿੱਚਦੇ ਰਹਿਣੇ ਆ, ਫੱਤੇ ਖਿੱਚਦੇ ਖਿੱਚਦੇ ਆਪਣੇ ਆਪ ਨੂੰ ਕਹਿਣੇ ਆ, ਕੀ ਖੱਟਿਆ ਦੱਸਦੇ ਵਿੱਚ ਪਰਦੇਸਾਂ ਆ ਕੇ ਵੇਹ ਦਿਲਾ, ਕੀ ਖੱਟਿਆ ਦੱਸਦੇ ਵਿੱਚ ਪਰਦੇਸਾਂ ਆ ਕੇ ਵੇਹ ਦਿਲਾ, ਪਿੰਡ ਦੀ ਟੌਰ ਗਵਾਲੀ ਬਹਿ ਗਏ ਧੋਖਾ ਖਾ ਕੇ ਵੇਹ ਦਿਲਾ, ਉਹ ਸ਼ਾਹੀ ਠਾਠ ਨੂੰ ਛੱਡ ਕੇ ਬਹਿ ਗਏ ਧੋਖਾ ਖਾ ਕੇ ਵੇਹ ਦਿਲਾ, ਉਹ ਮਾਂ ਦੀਆਂ ਪੱਕੀਆਂ ਬੈਠ ਚੁੱਲ੍ਹੇ ਤੇ ਖਾਂਦਾ ਸੈਂ, ਹਾਏ ਮਾਂ ਦੀਆਂ ਪੱਕੀਆਂ ਬੈਠ ਚੁੱਲ੍ਹੇ ਤੇ ਖਾਂਦਾ ਸੈਂ, ਨਾਲੇ ਬੈਠ ਬੁਲਟ ਤੇ ਗੀਤ ਖੁਸ਼ੀ ਦੇ ਗਾਉਂਦਾ ਸੈਂ, ਮਾਂ ਦੀਆਂ ਪੱਕੀਆਂ ਬੈਠ ਚੁੱਲ੍ਹੇ ਤੇ ਖਾਂਦਾ ਸੈਂ, ਨਾਲੇ ਬੈਠ ਬੁਲਟ ਤੇ ਗੀਤ ਖੁਸ਼ੀ ਦੇ ਗਾਉਂਦਾ ਸੈਂ, 35 ਲੱਖ ਲਾ ਕੇ ਬਹਿ ਗਏ ਢੇਰੀ ਢਾ ਕੇ ਵੇਹ ਦਿਲਾ, 35 ਲੱਖ ਲਾ ਕੇ ਬਹਿ ਗਏ ਟੈਨਸ਼ਨ ਪਾ ਕੇ ਵੇਹ ਦਿਲਾ, 35 ਲੱਖ ਲਾ ਕੇ ਬਹਿ ਗਏ ਟੈਨਸ਼ਨ ਪਾ ਕੇ ਵੇਹ ਦਿਲਾ, ਪਿੰਡ ਦੀ ਟੌਰ ਗਵਾਲੀ ਬਹਿ ਗਿਆ ਧੋਖਾ ਖਾ ਕੇ ਵੇਹ ਦਿਲਾ, ਸ਼ਾਹੀ ਠਾਠ ਨੂੰ ਛੱਡ ਕੇ ਬਹਿ ਗਿਆ ਧੋਖਾ ਖਾ ਕੇ ਵੇਹ ਦਿਲਾ, ਹੋ ਜੌਬ ਲੈਣ ਲਈ ਲਾਈਨਾਂ ਵਿੱਚ ਖਲੋ ਗਏ ਆ, ਨੌਕਰਾਂ ਚਾਕਰਾਂ ਵਾਲੇ ਖੁਦ ਹੀ ਨੌਕਰ ਹੋ ਗਏ ਆ, ਹਾਏ ਜੌਬ ਲੈਣ ਲਈ ਲਾਈਨਾਂ ਵਿੱਚ ਖਲੋ ਗਏ ਆ, ਨੌਕਰਾਂ ਚਾਕਰਾਂ ਵਾਲੇ ਖੁਦ ਹੀ ਨੌਕਰ ਹੋ ਗਏ ਆ, 35 ਲੱਖ ਲਾ ਕੇ ਬਹਿ ਗਏ ਟੈਨਸ਼ਨ ਪਾ ਕੇ ਵੇਹ ਦਿਲਾ, ਪਿੰਡ ਦੀ ਟੌਰ ਗਵਾਲੀ ਬਹਿ ਗਿਆ ਧੋਖਾ ਖਾ ਕੇ ਵੇਹ ਦਿਲਾ, ਪਿੰਡ ਦੀ ਟੌਰ ਗਵਾਲੀ ਬਹਿ ਗਿਆ ਧੋਖਾ ਖਾ ਕੇ ਵੇਹ ਦਿਲਾ। ਵਾਹ ਜੀ ਵਾਹ।